ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟਹਿਣਾ ਅਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਹਰ ਰੋਜ਼ ਲਗਭਗ ਇੱਕੋ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ। ਕੋਈ ਕਿਸੇ ਦੇ ਬਾਬਤ ਮੰਦਾ ਚੰਗਾ ਬੋਲਦਾ, ਕੋਈ ਕਿਸੇ ਦੇ ਬਾਬਤ ਮੰਦਾ ਚੰਗਾ ਬੋਲਦਾ। ਅਸੀਂ ਹਰ ਰੋਜ਼ ਹੀ ਇਹ ਗੱਲ ਕਹਿੰਦੇ ਹਾਂ ਕਿ ਇੱਕ ਦੂਜੇ ਦੇ ਉੱਤੇ ਚਿੱਕੜ ਸੁੱਟਣ ਦੇ ਨਾਲ, ਇੱਕ ਦੂਜੇ ਦੇ ਖਿਲਾਫ ਸ਼ਬਦ ਮੂੰਹ ਦੇ ਵਿੱਚੋਂ ਕੱਢਣ ਦੇ ਨਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਕਦੇ ਕੋਈ ਭਲਾ ਨਹੀਂ ਜੇ ਹੋਣ ਲੱਗਾ। ਚਾਹੀਦਾ ਇਹ ਹੈ ਕਿ ਅਸੀਂ ਆਪਣੀਆਂ ਨਿੱਜੀ ਕਿਹੜਾਂ ਜਿਹੜੀਆਂ ਉਹ ਇੱਕ ਪਾਸੇ ਰੱਖੀਏ, ਭਾਵੇਂ ਉਹ ਕਾਂਗਰਸੀ ਹੋਣ, ਭਾਵੇਂ ਅਕਾਲੀ ਦਲ ਦੇ ਆਗੂ ਹੋਣ, ਭਾਵੇਂ ਆਪ ਵਾਲੇ ਹੋਣ, ਭਾਵੇਂ ਕਿਸੇ ਹੋਰ ਛੋਟੀ ਵੱਡੀ ਪਾਰਟੀ ਦੇ ਆਗੂ, ਅਤੇ ਸਿਰਫ ਪੰਜਾਬ ਬਾਰੇ ਸੋਚਿਆ ਜਾਵੇ। ਜੇਕਰ ਅਸੀਂ ਪੰਜਾਬ ਦੇ ਹਰ ਮਸਲੇ ਨੂੰ ਫੁੱਟਬਾਲ ਬਣਾ ਕੇ ਖੇਡਾਂਗੇ ਤਾਂ ਇੱਦਾਂ ਹੀ ਜਾਪੂਗਾ ਕਿ ਅਸੀਂ ਸਿਰਫ ਅਤੇ ਸਿਰਫ ਤਮਾਸ਼ਬੀਨ ਹਾਂ, ਅਸੀਂ ਲੋਕਾਂ ਦਾ ਧਿਆਨ ਭਟਕਾਉਣ ਦਾ ਕੰਮ ਕਰਦੇ ਹਾਂ। ਪਿਛਲੇ ਕਈ ਦਿਨਾਂ ਤੋਂ ਜੋ ਜੋ ਕੁਝ ਚੱਲ ਰਿਹਾ ਇਹ ਦੁਨੀਆਂ ਦੇ ਵਿੱਚ ਵਸਦੇ ਸਾਰੇ ਪੰਜਾਬੀਆਂ ਨੂੰ ਚੰਗੀ ਤਰ੍ਹਾਂ ਪਤਾ, ਪਰ ਕੁਝ ਕੁ ਲੋਕਾਂ ਨੂੰ ਨਹੀਂ ਪਤਾ। ਉਹ ਲੋਕ ਇਹ ਸੋਚਦੇ ਆ ਕਿ ਇਹ ਜੋ ਕਿਹਾ ਜਾ ਰਿਹਾ ਵੱਖ ਵੱਖ ਟੀ ਵੀ ਚੈਨਲਾਂ ਦੇ ਵੱਲੋਂ, ਜੇ ਤਾਂ ਕਿਹਾ ਜਾ ਰਿਹਾ ਕਿ ਅਕਾਲੀ ਦਲ ਦੀ ਧੂਤੀ ਅੱਜ ਵੀ ਬੋਲਦੀ ਆ, ਅਕਾਲੀ ਦਲ ਦੇ ਨਾਲੋਂ ਚੰਗੀ ਪਾਰਟੀ ਕੋਈ ਨਹੀਂ, ਉਹ ਸਮਝਦੇ ਆ ਕਿ ਇਹ ਚੈਨਲ ਸਭ ਤੋਂ ਚੰਗਾ। ਅਤੇ ਜੇਕਰ ਕੋਈ ਚੈਨਲ, ਕੋਈ ਅਖਬਾਰ ਆਲੋਚਨਾਤਮਕ ਗੱਲ ਕਰਦਾ ਤਾਂ ਫਿਰ ਉਹ ਕਹਿੰਦੇ ਜੀ ਇਹ ਵਿਕਾਊ ਆ, ਇਹ ਤਾਂ ਖਰੀਦ ਲਿਆ ਗਿਆ, ਇਹ ਤਾਂ ਬੰਦੇ ਨਹੀਂ ਚੰਗੇ, ਇਹ ਤਾਂ ਪਾਏਦਾਰ ਨਹੀਂ, ਇਹ ਤਾਂ ਕਾਮਰੇਡ ਹੁੰਦੇ ਆ, ਫਲਾਣੇ ਹੁੰਦੇ ਆ, ਢਿੰਗੜੇ ਹੁੰਦੇ ਆ। ਸਾਨੂੰ ਉਹਨਾਂ ਦੀ ਇਹ ਸ਼ਬਦਾਵਲੀ ਜੋ ਵਰਤੀ ਜਾ ਰਹੀ ਹੈ ਇਹਦੇ ਉੱਤੇ ਕੋਈ ਰੰਜ ਨਹੀਂ ਆ, ਪਰ ਇੱਥੋਂ ਇਹ ਜ਼ਰੂਰ ਪਤਾ ਲੱਗਦਾ ਕਿ ਉਹ ਬੌਧਿਕ ਪੱਖ ਤੋਂ ਕਿਹੋ ਜਿਹੇ ਆ। ਅਸੀਂ ਨਾ ਕਿਸੇ ਸਿਆਸੀ ਧਿਰ ਦੇ ਹਾਂ, ਨਾ ਸਾਂ ਅਤੇ ਨਾ ਭਵਿੱਖ ਦੇ ਵਿੱਚ ਹੋਵਾਂਗੇ। ਆਪਣੇ ਵੱਲੋਂ ਇਹ ਦਾਅਵੇ ਨਾਲ ਗੱਲ ਕਹਿ ਸਕਦੇ ਹਾਂ, ਇਹ ਅਸੀਂ ਅਹਿਦ ਕੀਤਾ ਹੋਇਆ, ਪਰ ਜੇ ਘਰੇ ਬੈਠੇ ਆਪਾਂ ਸਰਟੀਫਿਕੇਟ ਵੰਡਦੇ ਹਾਂ ਕਿ ਫਲਾਣਾ ਫਲਾਣੀ ਪਾਰਟੀ ਦਾ, ਫਲਾਣਾ ਫਲਾਣੀ ਪਾਰਟੀ ਦਾ, ਇਹ ਨਿੱਜੀ ਤੌਰ ਦੇ ਉੱਤੇ ਸਾਡੀ ਕੋਈ ਸੋਚ ਹੋ ਸਕਦੀ ਹੈ ਜੋ ਅਸੀਂ ਧਾਰਨਾ ਬਣਾਈ ਹੈ। ਹੁਣ ਫੇਸਬੁੱਕ ਦੇ ਉੱਤੇ, ਵਟਸਐਪ ਦੇ ਉੱਤੇ ਕਈ ਲੋਕਾਂ ਨੇ, ਪ੍ਰਾਈਮ ਏਸ਼ੀਆ ਟੀ ਵੀ ਦੇ ਵੱਖ ਵੱਖ ਪੱਤਰਕਾਰ ਨੇ ਜਿਹੜੇ, ਉਹਨਾਂ ਦੇ ਬਾਬਤ ਤਸਵੀਰਾਂ ਲਾ ਕੇ ਅਤੇ ਅੱਗੇ ਤੋਂ ਅੱਗੇ ਭੇਜੀਆਂ ਕਿ ਇਹ ਪੱਤਰਕਾਰ ਅਕਾਲੀ ਦਲ ਦੇ ਖਿਲਾਫ ਆ, ਇਹ ਪ੍ਰੋਗਰਾਮ ਅਕਾਲੀ ਦਲ ਦੇ ਖਿਲਾਫ ਹੈ। ਹੁਣ ਉਹਨਾਂ ਲੋਕਾਂ ਨੂੰ ਸਾਰਿਆਂ ਨੂੰ ਇੱਕ ਬੇਨਤੀ ਹੈ ਕਿ ਜੇਕਰ ਸੁਖਦੇਵ ਸਿੰਘ ਢੀਂਡਸਾ ਨੇ ਅਸਤੀਫਾ ਦੇ ਦਿੱਤਾ ਅਤੇ ਉਸ ਤੋਂ ਬਾਅਦ ਉਹ 7 ਦਿਨ ਸਾਹਮਣੇ ਨਹੀਂ ਆਏ, ਉਹਨਾਂ ਨੇ ਆਪਣੀ ਹੀ ਪਾਰਟੀ ਦੇ ਉੱਤੇ ਕਈ ਕਿਸਮ ਦੇ ਸਵਾਲ ਕੀਤੇ, ਤਾਂ ਕੀ ਅਸੀਂ ਇਹ ਖਬਰ ਸਾਂਝੀ ਨਾ ਕਰੀਏ? ਕੀ ਖਬਰ ਇਹ ਅਸੀਂ ਆਪੇ ਬਣਾਈ ਹੈ ਕਿ ਢੀਂਡਸਾ ਹੋਰਾਂ ਨੇ ਅਸਤੀਫਾ ਨਹੀਂ ਦਿੱਤਾ? ਅੱਜ ਬੀਬੀ ਜਗੀਰ ਕੌਰ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਬਰਗਾੜੀ ਦੇ ਵਿੱਚ ਜਿਹੜਾ ਇਕੱਠ ਹੋਇਆ ਇਹ ਕਾਂਗਰਸੀ ਏਜੰਟਾਂ ਦਾ ਇਕੱਠ ਸੀ। ਇਹ ਮੈਂ ਆਪਣੇ ਵੱਲੋਂ ਨਹੀਂ ਕਹਿ ਰਿਹਾ, ਇਹ ਤਾਂ ਬੀਬੀ ਜਗੀਰ ਕੌਰ ਨੇ ਕਿਹਾ। ਸਾਡੇ ਉੱਤੇ ਨੁਕਤਾਚੀਨੀ ਕਰਨ ਦੇ ਨਾਲੋਂ ਤੁਸੀਂ ਬੀਬੀ ਜਗੀਰ ਕੌਰ ਨੂੰ ਜਾ ਕੇ ਕਹੋ ਕਿ ਬੀਬੀ ਜੀ ਅੱਜ ਦੀ ਤਰੀਕ ਦੇ ਵਿੱਚ ਆਪਾਂ ਨੂੰ ਇਹੋ ਜਿਹਾ ਕੋਈ ਬਿਆਨ ਨਹੀਂ ਦੇਣਾ ਚਾਹੀਦਾ ਜਿਹਦੇ ਕਰਕੇ ਨਿਰਪੱਖ ਤਰੀਕੇ ਨਾਲ ਕੰਮ ਕਰਦੇ ਪੱਤਰਕਾਰ ਆ ਜਿਹੜੇ ਉਹ ਸਾਡੀ ਖਬਰ ਬਣਾ ਦੇਣ। ਜੇਕਰ ਮਨਜੀਤ ਸਿੰਘ ਜੀਕੇ ਦੇ ਅਸਤੀਫੇ ਦੀ ਖਬਰ ਉੱਠੀ ਤਾਂ ਉਹ ਅਸੀਂ ਥੋੜ੍ਹੀ ਉਠਾਈ ਹੈ, ਇਹ ਤਾਂ ਸਭ ਦੇ ਸਾਹਮਣੇ ਆਈ ਹੈ, ਸਾਰੀਆਂ ਅਖਬਾਰਾਂ ਦੇ ਵਿੱਚ ਇਹ ਖਬਰ ਛਪੀ ਹੈ, ਸਾਰੇ ਟੀ ਵੀ ਚੈਨਲਾਂ ਦੇ ਉੱਤੇ ਚੱਲੀ ਹੈ। ਪਰ ਜਿਹੜੇ ਟੀ ਵੀ ਚੈਨਲ ਅਤੇ ਜਿਹੜੇ ਅਖਬਾਰ ਇਹ ਗੱਲ ਕਹਿੰਦੇ ਆ ਕਿ ਜੀ ਇਹੋ ਜਿਹੀ ਕੋਈ ਗੱਲ ਨਹੀਂ, ਅਕਾਲੀ ਦਲ ਅਤੇ ਫਲਾਣੀ ਪਾਰਟੀ ਹੈ ਜਿਹੜੀ ਉਹਦੇ ਵਰਗੀ ਚੰਗੀ ਕੋਈ ਨਹੀਂ, ਫਲਾਣਿਆਂ ਵਰਗੀ ਮਾੜੀ ਕੋਈ ਨਹੀਂ, ਉਹ ਆਪਾਂ ਨੂੰ ਚੰਗੀ ਲੱਗਣ ਲੱਗ ਜਾਂਦੀ ਹੈ ਅਤੇ ਬਾਕੀ ਜਿਹੜੇ ਗੱਲ ਨੁਕਤਾਚੀਨੀ ਦੇ ਕਰਦੇ ਆ ਉਹ ਮਾੜੇ ਲੱਗਣ ਲੱਗ ਜਾਂਦੇ ਆ। ਆਪਾਂ ਪੱਤਰਕਾਰਤਾ ਦੇ ਫਰਜ਼ ਸਮਝ ਗਏ, ਦੇਸ਼ ਦੁਨੀਆਂ ਦੇ ਵਿੱਚ ਜਿਹੜੇ ਵੀ ਵੱਖ ਵੱਖ ਪਾਰਟੀਆਂ ਦੇ ਪ੍ਰਸ਼ੰਸਕ ਬੈਠੇ ਆ, ਸਮਰਥਕ ਬੈਠੇ ਆ, ਉਹਨਾਂ ਸਾਰਿਆਂ ਨੂੰ ਇਹ ਬੇਨਤੀ ਆ ਕਿ ਆਲੋਚਨਾ ਨੂੰ ਬਰਦਾਸ਼ਤ ਕਰਨ ਦਾ ਮਾਦਾ ਪੈਦਾ ਕਰਨਾ ਚਾਹੀਦਾ। ਜਦੋਂ ਆਲੋਚਨਾ ਹੁੰਦੀ ਆ ਉਹਦੇ ਤੋਂ ਕੋਈ ਸਬਕ ਸਿੱਖਣਾ ਚਾਹੀਦਾ। ਇਹ ਆਲੋਚਨਾ ਬੰਦੇ ਨੂੰ ਬਹੁਤ ਕੁਝ ਸਿਖਾਉਂਦੀ ਆ, ਜੇਕਰ ਸਾਡੇ ਅੰਦਰ ਦਰਿਆਦਲੀ ਹੋਵੇ, ਜੇਕਰ ਸਾਡੇ ਅੰਦਰ ਕੁਝ ਸਿੱਖਣ ਦੀ ਭਾਵਨਾ ਹੋਵੇ, ਅਤੇ ਜੇਕਰ ਅਸੀਂ ਕੁਝ ਸਿੱਖ ਕੇ ਹੀ ਨਹੀਂ ਰਾਜ਼ੀ, ਜੇਕਰ ਅਸੀਂ ਸ਼ੀਸ਼ੇ ਦੇ ਉੱਤੇ ਕੰਧ ਦੇ ਉੱਤੇ ਲਿਖਿਆ ਹੋਇਆ ਪੜ੍ਹਦੇ ਹੀ ਨਹੀਂ, ਤਾਂ ਫਿਰ ਸਾਡਾ ਆਪਣਾ ਬੌਧਿਕ ਪੱਖੋਂ ਮਾੜਾ ਹਾਲ ਆ, ਫਿਰ ਕਿਸੇ ਹੋਰ ਦਾ ਨਹੀਂ। ਪੱਤਰਕਾਰ ਦੇ ਤੌਰ ਦੇ ਉੱਤੇ ਮੈਂ ਗੱਲ ਕਹਿ ਸਕਦਾ ਕਿ ਨਾ ਅਸੀਂ ਕਿਸੇ ਪਾਰਟੀ ਦੇ ਨਾਲ ਕਦੇ ਸੰਪਰਕ ਕੀਤਾ ਅਤੇ ਨਾ ਕਦੇ ਸਾਡੇ ਨਾਲ ਕਿਸੇ ਪਾਰਟੀ ਨੇ ਸੰਪਰਕ ਕੀਤਾ, ਅਤੇ ਇਸੇ ਕਰਕੇ ਹੀ ਦੇਸ਼ ਦੁਨੀਆਂ ਦੇ ਵਿੱਚ ਪ੍ਰਾਈਮ ਏਸ਼ੀਆ ਟੀ ਵੀ ਦੀ ਗੱਲ ਛਿੜਦੀ ਹੈ। ਅਤੇ ਸਾਨੂੰ ਚੰਗਾ ਲੱਗਦਾ ਕਿ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਹੋ ਸਕਦਾ ਸਾਡੇ ਵਿੱਚ ਵੀ ਕੋਈ ਕਮੀਆਂ ਕਮਜ਼ੋਰੀਆਂ ਹੋਣ, ਪਰ ਜਿਹੜੀ ਅੱਜ ਬੀਬੀ ਜਗੀਰ ਕੌਰ ਦੀ ਖਬਰ ਹੈ ਇਹਦੇ ਉੱਤੇ ਮੈਨੂੰ ਹੁਣ ਹੈਰਾਨੀ ਇਸ ਕਰਕੇ ਹੋਈ ਹੈ ਕਿ ਸਾਰੀ ਦੁਨੀਆ ਜਾਣਦੀ ਹੈ ਜਿੱਥੇ ਜਿੱਥੇ ਪੰਜਾਬੀ ਬੈਠੇ ਆ ਕਿ ਕਿਸ ਤਰੀਕੇ ਦੇ ਨਾਲ ਉੱਥੇ ਇਕੱਠ ਹੋਇਆ, ਕਿਵੇਂ ਅਕਾਲੀ ਦਲ ਅਤੇ ਕਾਂਗਰਸ ਦੀ ਰੈਲੀ ਦੇ ਨਾਲੋਂ ਬਰਗਾੜੀ ਦੇ ਵਿੱਚ ਵੱਧ ਇਕੱਠ ਹੋਇਆ। ਹੁਣ ਸਿੱਖਣਾ ਚਾਹੀਦਾ ਅਕਾਲੀ ਦਲ ਦੇ ਆਗੂਆਂ ਨੂੰ ਕਿ ਲੋਕ ਸਾਰੇ ਦੇ ਸਾਰੇ ਬੁੱਧੂ ਨਹੀਂ, ਸਿੱਖਣਾ ਚਾਹੀਦਾ ਕਾਂਗਰਸੀਆਂ ਨੂੰ ਵੀ ਕਿ ਲੋਕ ਸਾਰੇ ਦੇ ਸਾਰੇ ਅਕਲੋਂ ਹੌਲੇ ਨਹੀਂ, ਲੋਕ ਆਪਣੀ ਮਰਜ਼ੀ ਦੇ ਨਾਲ ਕਿਤੇ ਵੀ ਜਾ ਸਕਦੇ ਆ। ਇਹ ਮੇਰੀ ਮਰਜ਼ੀ ਹੈ ਕਿ ਮੈਂ ਸਾਈਕਲ ਦੇ ਉੱਤੇ ਕਿਤੇ ਪਹੁੰਚਣਾ, ਮੈਂ ਸਕੂਟਰ 'ਤੇ ਜਾਣਾ, ਮੈਂ ਬੱਸ 'ਤੇ ਜਾਣਾ, ਮੈਂ ਟੈਂਪੂ 'ਤੇ ਜਾਣਾ, ਪਰ ਇਹ ਜ਼ਰੂਰੀ ਤਾਂ ਨਹੀਂ ਕਿ ਮੈਂ ਕਿਸੇ ਇੱਕ ਖਾਸ ਪਾਰਟੀ ਦੇ ਵੱਲੋਂ ਭੇਜੀ ਗਈ ਬੱਸ ਦੇ ਵਿੱਚ ਬੈਠ ਕੇ ਹੀ ਜਾਣਾ। ਬੀਬੀ ਜਗੀਰ ਕੌਰ ਹੋਰੀ ਕਹਿੰਦੇ ਵੀ ਇਹ ਸਾਰੇ ਕਾਂਗਰਸ ਦੇ ਏਜੰਟ ਆ। ਹੁਣ ਦਰਸ਼ਕ ਇਹਦੇ ਮੁਤਲਕ ਪ੍ਰਤੀਕਿਰਿਆ ਦੇ ਸਕਦੇ ਆ ਕਿ ਕੀ ਉਹ ਸਿਰਫ ਅਤੇ ਸਿਰਫ ਕਾਂਗਰਸੀਆਂ ਦਾ ਇਕੱਠ ਸੀ, ਕਾਂਗਰਸ ਦੇ ਏਜੰਟਾਂ ਦਾ ਇਕੱਠ ਸੀ? ਜਿਹੜੇ ਜਿਹੜੇ ਲੋਕ ਉੱਥੇ ਪਹੁੰਚੇ ਆ,
ਕੀ ਉਹ ਸਾਰੇ ਦੇ ਸਾਰੇ ਅਕਲੋਂ ਹੌਲੇ ਆ? ਉਹਨਾਂ ਨੂੰ ਨਹੀਂ ਸੀ ਦਿਸਦਾ ਕਿ ਇਹ ਕਾਂਗਰਸੀ ਏਜੰਟਾਂ ਨੇ ਇਕੱਠੇ ਕੀਤੇ ਲੋਕ, ਜਾਂ ਫਿਰ ਉਹੀ ਚੰਦ ਕੁ ਲੋਕ ਸਿਆਣੇ ਰਹਿ ਗਏ, ਬੌਧਿਕ ਪੱਖੋਂ ਉੱਚੇ ਤੇ ਸੁੱਚੇ ਹੋ ਗਏ, ਜਿਹੜੇ ਘਰ ਬੈਠੇ ਸਰਟੀਫਿਕੇਟ ਵੱਖ ਵੱਖ ਲੋਕਾਂ ਨੂੰ ਜਾਰੀ ਕਰਦੇ ਆ? ਪਹਿਲਾਂ ਬੀਬੀ ਜਗੀਰ ਕੌਰ ਦੇ ਨਾਲ ਸੰਬੰਧਿਤ ਖਬਰ ਸਾਂਝੀ ਕਰਦੇ ਹਾਂ, ਬਾਅਦ ਵਿੱਚ ਕਰਾਂਗੇ ਟਿੱਪਣੀ। ਅਕਾਲੀ ਦਲ ਦੀ ਸੀਨੀਅਰ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਬਰਗਾੜੀ ਵਿੱਚ ਮੋਰਚਾ ਲਾਉਣ ਵਾਲਿਆਂ ਨੂੰ ਕਾਂਗਰਸ ਦਾ ਏਜੰਟ ਕਰਾਰ ਦਿੱਤਾ। ਉਹਨਾਂ ਨੇ ਕਿਹਾ ਕਿ ਬਰਗਾੜੀ ਵਿੱਚ ਇਕੱਠੇ ਹੋਏ ਲੋਕ ਕਾਂਗਰਸ ਦੇ ਏਜੰਟ ਹਨ। ਉਹ ਕਾਂਗਰਸ ਦੀ ਮਦਦ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਇਹਨਾਂ ਦੀਆਂ ਕੋਸ਼ਿਸ਼ਾਂ ਨਾ ਤਾਂ ਪਹਿਲਾਂ ਕਾਮਯਾਬ ਹੋਈਆਂ ਸਨ ਅਤੇ ਨਾ ਹੀ ਹੁਣ ਹੋਣਗੀਆਂ। ਉਹਨਾਂ ਨੇ ਕਿਹਾ ਕਿ ਕੋਈ ਵੀ ਸ਼੍ਰੋਮਣੀ ਅਕਾਲੀ ਦਲ ਦਾ ਮੁਕਾਬਲਾ ਕਰਨ ਦੇ ਸਮਰੱਥ ਨਹੀਂ ਹੈ। ਉਹਨਾਂ ਨੇ ਗੱਲਬਾਤ ਮੌਕੇ ਕਿਹਾ ਕਿ ਬਰਗਾੜੀ ਦੇ ਮੁੱਦੇ ਦੇ ਉੱਤੇ ਦੋਸ਼ੀ ਫੜੇ ਜਾਣੇ ਚਾਹੀਦੇ ਨੇ, ਪਰ ਇਸ ਮੁੱਦੇ ਦੇ ਉੱਤੇ ਸਿਆਸਤ ਕੀਤੀ ਜਾ ਰਹੀ ਹੈ। ਉਹਨਾਂ ਨੇ ਸੁਖਪਾਲ ਸਿੰਘ ਖਹਿਰਾ ਦੇ ਉੱਤੇ ਵੀ ਨਿਸ਼ਾਨਾ ਵਿੰਨਿਆ। ਜਗੀਰ ਕੌਰ ਨੇ ਕਿਹਾ ਕਿ ਧਿਆਨ ਸਿੰਘ ਮੰਡ, ਬਲਜੀਤ ਸਿੰਘ ਦਾਦੂਵਾਲ, ਸਿਮਰਨਜੀਤ ਸਿੰਘ ਮਾਨ ਸਮੇਤ ਜਿੰਨੇ ਵੀ ਆਗੂ ਬਰਗਾੜੀ ਦੇ ਮੋਰਚੇ ਵਿੱਚ ਪਹੁੰਚੇ ਸਨ, ਉਹਨਾਂ ਵੱਲੋਂ ਇਹ ਨਿੱਜੀ ਤੌਰ ਦੇ ਉੱਤੇ ਕੀਤਾ ਗਿਆ ਇਕੱਠ ਸੀ। ਸੁਖਪਾਲ ਸਿੰਘ ਖਹਿਰਾ ਇਕੱਲੇ ਇਸ ਦਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰ ਰਹੇ ਨੇ। ਉਹਨਾਂ ਨੇ ਖਹਿਰੇ ਨੂੰ ਖੁੱਲ੍ਹਾ ਚੈਲੰਜ ਕੀਤਾ ਕਿ ਜੇਕਰ ਉਹਨਾਂ ਵਿੱਚ ਹਿੰਮਤ ਹੈ ਤਾਂ ਉਹ ਆਪਣੇ ਹਲਕੇ ਦੇ ਵਿੱਚ ਇਕੱਠ ਕਰਕੇ ਦਿਖਾਉਣ। ਦਰਅਸਲ ਬਰਗਾੜੀ ਦੇ ਵਿੱਚ 7 ਅਕਤੂਬਰ ਨੂੰ ਸਿੱਖ ਜਥੇਬੰਦੀਆਂ ਅਤੇ ਆਮ ਆਦਮੀ ਪਾਰਟੀ ਦੇ ਵੱਲੋਂ ਕੱਢੇ ਗਏ ਰੋਸ ਮਾਰਚ ਦੇ ਵਿੱਚ ਵੱਡੀ ਗਿਣਤੀ ਸਿੱਖ ਸ਼ਰਧਾਲੂਆਂ ਨੇ ਹਾਜ਼ਰੀ ਭਰੀ ਸੀ। ਇਹਨਾਂ ਇਕੱਠ ਵੇਖ ਕੇ ਪੰਜਾਬ ਸਰਕਾਰ ਦੀਆਂ ਸੁਰੱਖਿਆ ਏਜੰਸੀਆਂ ਵੱਲੋਂ ਕਈ ਸਵਾਲ ਖੜ੍ਹੇ ਕੀਤੇ ਗਏ ਸਨ। ਟਕਸਾਲੀ ਅਕਾਲੀ ਨੇਤਾਵਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫੇ ਦੇਣ ਸੰਬੰਧੀ ਬੀਬੀ ਜਗੀਰ ਕੌਰ ਨੇ ਕਿਹਾ ਕਿ ਪਾਰਟੀ ਦੇ ਵਿੱਚ ਕੋਈ ਸੰਕਟ ਨਹੀਂ, ਪਾਰਟੀ ਚੜ੍ਹਦੀ ਕਲਾ ਦੇ ਵਿੱਚ ਹੈ। ਜੋ ਗੱਲਾਂ ਹੋ ਰਹੀਆਂ ਨੇ ਉਹ ਪਾਰਟੀ ਦੇ ਅੰਦਰ ਬੈਠ ਕੇ ਮੁਕਾ ਲਈਆਂ ਜਾਣਗੀਆਂ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਜਿਸ ਤਰੀਕੇ ਦੇ ਨਾਲ ਬਰਗਾੜੀ ਦੇ ਇਕੱਠ ਦੇ ਉੱਤੇ ਅਤੇ ਸੁਖਪਾਲ ਸਿੰਘ ਖਹਿਰਾ ਦੇ ਉੱਤੇ ਸਵਾਲ ਕੀਤੇ ਬੀਬੀ ਜਗੀਰ ਕੌਰ ਨੇ, ਇਹ ਗੱਲ ਸਾਨੂੰ ਭੁੱਲਣੀ ਨਹੀਂ ਚਾਹੀਦੀ ਕਿ ਬੀਬੀ ਜਗੀਰ ਕੌਰ ਦੇ ਪਸੰਦੀਦਾ ਵਿਰੋਧੀਆਂ ਦੇ ਵਿੱਚੋਂ ਸੁਖਪਾਲ ਸਿੰਘ ਖਹਿਰਾ ਅਤੇ ਸੁਖਪਾਲ ਸਿੰਘ ਖਹਿਰਾ ਦੇ ਪਸੰਦੀਦਾ ਵਿਰੋਧੀਆਂ ਦੇ ਵਿੱਚ ਦੋ ਜਣੇ ਸ਼ਾਮਲ ਹੈ। ਉਹਦੇ ਵਿੱਚ ਇੱਕ ਬੀਬੀ ਜਗੀਰ ਕੌਰ ਹੈ ਅਤੇ ਦੂਜੇ ਹੈਗੇ ਆ ਰਾਣਾ ਗੁਰਜੀਤ ਸਿੰਘ। ਅਤੇ ਰਾਣਾ ਗੁਰਜੀਤ ਸਿੰਘ ਦੀ ਵਿਕਟ ਖਹਿਰੇ ਹੋਰਾਂ ਨੇ ਕਿਵੇਂ ਲਈ ਆਪਾਂ ਜਾਣਦੇ ਹਾਂ, ਇਹਦੇ ਬਾਬਤ ਕਿਸੇ ਨੂੰ ਕੁਝ ਦੱਸਣ ਦੀ, ਕੁਝ ਪੁੱਛਣ ਦੀ ਲੋੜ ਨਹੀਂ। ਬੀਬੀ ਜਗੀਰ ਕੌਰ ਅਤੇ ਸੁਖਪਾਲ ਸਿੰਘ ਖਹਿਰਾ ਦਾ ਇਲਾਕਾ ਇੱਕੋ ਆ, ਹਲਕਾ ਇੱਕੋ ਆ ਭੁਲੱਥ। ਇੱਥੋਂ ਦੋਵੇਂ ਜਾਣੇ ਚੋਣ ਲੜਦੇ ਆ, ਕਦੇ ਕੋਈ ਜਿੱਤਦਾ ਕਦੇ ਕੋਈ ਜਿੱਤਦਾ, ਆਪਾਂ ਇਹਦੇ ਮੁਤਲਕ ਵੀ ਸਾਰੇ ਜਾਣੇ ਜਾਣਦੇ ਹਾਂ। ਪਰ ਬੀਬੀ ਜਗੀਰ ਕੌਰ ਦੇ ਵੱਲੋਂ ਜੋ ਅੱਜ ਖੁਲਾਸਾ ਕੀਤਾ ਗਿਆ ਕਿ ਇਹ ਕਾਂਗਰਸੀ ਏਜੰਟਾਂ ਦਾ ਇਕੱਠ ਸੀ, ਹੁਣ ਇਹ ਤਾਂ ਉਹਨਾਂ ਲੋਕਾਂ ਦੇ ਸਨਮਾਨ ਨੂੰ ਸੱਟ ਮਾਰਨ ਵਾਲੀ ਗੱਲ ਹੈ ਜਿਹੜੇ ਬੇਅਦਬੀ ਦੇ ਮੁਤਲਕ ਵਿਚਾਰ ਇਹ ਰੱਖਦੇ ਆ ਕਿ ਸਾਡੇ ਮਨ ਦੇ ਵਿੱਚ ਚੀਸ ਉੱਠੀ ਹੈ ਅਤੇ ਅਸੀਂ ਇਨਸਾਫ਼ ਦੇ ਲਈ ਇੱਥੇ ਜਾ ਰਹੇ ਹਾਂ। ਇਹ ਉਹਨਾਂ ਲੋਕਾਂ ਨੂੰ ਏਜੰਟ ਕਹਿਣ ਵਾਲੀ ਗੱਲ ਹੈ। ਮੰਨ ਲਓ ਕੋਈ ਬੰਦਾ ਕਾਂਗਰਸ ਦਾ ਏਜੰਟ ਬਣ ਕੇ ਉੱਥੇ ਇਕੱਠ ਕਰਦਾ, ਦੋ ਬੰਦਿਆਂ ਨੂੰ, 50 ਬੰਦਿਆਂ ਨੂੰ, 200 ਬੰਦਿਆਂ ਨੂੰ, 2000 ਬੰਦਿਆਂ ਨੂੰ, 20,000 ਬੰਦਿਆਂ ਨੂੰ ਨਾ ਪਤਾ ਲੱਗੂ, ਪਰ ਜੇਕਰ ਉੱਥੇ ਇਕੱਠ 50,000 ਦਾ, 60,000 ਦਾ, ਲੱਖ ਬੰਦੇ ਦਾ ਹੋਵੇ ਤਾਂ ਮਤਲਬ ਇਹ ਹੈ ਕਿ ਉਹਨਾਂ ਸਾਰਿਆਂ ਨੂੰ ਬਿਲਕੁਲ ਨਹੀਂ ਦਿਸਿਆ, ਸਿਰਫ ਬੀਬੀ ਜਗੀਰ ਕੌਰ ਨੂੰ ਦਿਸਿਆ ਕਿ ਇਹ ਤਾਂ ਕਾਂਗਰਸੀ ਏਜੰਟਾਂ ਦੇ ਵੱਲੋਂ ਕੀਤਾ ਗਿਆ ਇਕੱਠ ਸੀ। ਹੁਣ ਗੱਲ ਕਰਦੇ ਹਾਂ ਸੁਖਪਾਲ ਸਿੰਘ ਖਹਿਰਾ ਦੀ। ਸੁਖਪਾਲ ਸਿੰਘ ਖਹਿਰਾ ਸਾਰੇ ਦਾ ਸਾਰਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰ ਰਹੇ ਆ। ਬਲਜੀਤ ਸਿੰਘ ਦਾਦੂਵਾਲ ਅਤੇ ਧਿਆਨ ਸਿੰਘ ਮੰਡ ਦਾ ਉਹ ਪੈਰ ਮਿਧ ਰਹੇ ਆ, ਉਹਨਾਂ ਨੂੰ ਦਰਕਿਨਾਰ ਕਰ ਰਹੇ ਆ। ਉਹਨਾਂ ਨੇ ਉੱਥੇ ਇਕੱਠ ਆਪਣੇ ਤੌਰ ਦੇ ਉੱਤੇ ਕਰਨ ਦੀ ਕੋਸ਼ਿਸ਼ ਕੀਤੀ, ਆਪਣੇ ਆਪ ਨੂੰ ਉਭਾਰਨ ਦੇ ਲਈ ਕੋਸ਼ਿਸ਼ ਕੀਤੀ। ਇਹ ਗੱਲ ਬੀਬੀ ਜਗੀਰ ਕੌਰ ਨੂੰ ਕਹਿਣ ਦੀ ਕੀ ਲੋੜ ਪਈ ਹੈ? ਇਸ ਗੱਲ ਦੇ ਉੱਤੇ ਤਾਂ ਫਿਕਰ ਕਰਨਾ ਚਾਹੀਦਾ ਧਿਆਨ ਸਿੰਘ ਮੰਡ ਨੂੰ, ਬਲਜੀਤ ਸਿੰਘ ਦਾਦੂਵਾਲ ਨੂੰ, ਜਾਂ ਜਿਹੜੇ ਹੋਰ ਪੰਥਕ ਆਗੂ ਬੈਠੇ ਸੀ, ਉਹਨਾਂ ਨੂੰ ਇਤਰਾਜ਼ ਕੋਈ ਨਹੀਂ। ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਖਹਿਰਾ ਸਾਰਾ ਕ੍ਰੈਡਿਟ ਲੈ ਗਿਆ, ਅਤੇ ਪਤਾ ਲੱਗਾ ਬੀਬੀ ਜਗੀਰ ਕੌਰ ਨੂੰ, ਹੋਰ ਸੱਚੀ ਮੁੱਚੀ ਕਿਸੇ ਨੂੰ ਪਤਾ ਨਹੀਂ ਲੱਗਿਆ, ਕਿਉਂਕਿ ਆਪਾਂ ਖੋਜੀ ਬਹੁਤ ਆ। ਬੀਬੀ ਜਗੀਰ ਕੌਰ ਨੇ ਲੰਘੇ ਦਿਨੀ ਵੀ ਇਹ ਗੱਲ ਕਹੀ ਸੀ ਕਿ ਪੱਤਰਕਾਰ ਨੇ ਜਿਹੜੇ ਉਹਨਾਂ ਨੂੰ ਸਾਡੇ ਕੰਮਾਂ ਦੇ ਵਿੱਚ ਦਖਲ ਨਹੀਂ ਦੇਣਾ ਚਾਹੀਦਾ। ਬੀਬੀ ਜੀ ਨੂੰ ਬੇਨਤੀ ਹੈ ਕਿ ਕੋਈ ਵੀ ਕਿਸੇ ਦੇ ਕੰਮ ਦੇ ਵਿੱਚ ਦਖਲ ਨਹੀਂ ਦਿੰਦਾ, ਪੱਤਰਕਾਰ ਨੇ ਆਪਣਾ ਕੰਮ ਕਰਨਾ ਹੁੰਦਾ। ਜਿਹੜੇ ਪੱਤਰਕਾਰ ਆਥਣ ਦੇ ਵੇਲੇ ਕਈ ਤਰੀਕਿਆਂ ਦੇ ਨਾਲ ਖਬਰਾਂ ਲਿਖਦੇ ਆ, ਇਹ ਉਹਨਾਂ ਦੀ ਪੱਤਰਕਾਰੀ ਹੋਊ ਜਾਂ ਉਹਨਾਂ ਦੀ ਕਮਜ਼ੋਰੀ ਹੋਊਗੀ, ਪਰ ਜੇਕਰ ਗਲਤ ਨੂੰ ਗਲਤ ਅਤੇ ਸਹੀ ਨੂੰ ਸਹੀ ਕਹਿਣਾ ਗਲਤ ਮੰਨਦੇ ਆਪਾਂ, ਤਾਂ ਫਿਰ ਇਹਦੇ ਵਿੱਚ ਸਹੀ ਪੱਤਰਕਾਰਾਂ ਦੀ ਮੇਰੇ ਖਿਆਲ ਕੋਈ ਗੁਸਤਾਖੀ ਨਹੀਂ ਹੈ, ਕੋਈ ਗਲਤੀ ਨਹੀਂ ਹੈ। ਪਰ ਇੱਕ ਗੱਲ ਹੋਰ ਕਹਿਣੀ ਬਣਦੀ ਹੈ ਕਿ ਬਰਗਾੜੀ ਦੇ ਇਕੱਠ ਦੇ ਉੱਤੇ ਖੁਫੀਆ ਏਜੰਸੀਆਂ ਵੀ ਹੈਰਾਨ ਅਤੇ ਪਰੇਸ਼ਾਨ। ਬਰਗਾੜੀ ਦੇ ਵਿੱਚ ਇੰਨਾ ਇਕੱਠ ਕਿਵੇਂ ਹੋ ਗਿਆ? ਨਾ ਤਾਂ ਹਾਲੇ ਤੱਕ ਸਮਝ ਆ ਰਹੀ ਹੈ ਕਾਂਗਰਸ ਨੂੰ, ਨਾ ਹਾਲੇ ਤੱਕ ਸਮਝ ਆ ਰਹੀ ਹੈ ਅਕਾਲੀ ਦਲ ਨੂੰ। ਅਕਾਲੀ ਦਲ ਤਾਂ ਹੁਣ ਤੱਕ ਇਹ ਸਮਝਦਾ ਰਿਹਾ ਕਿ ਪੰਥਕ ਪਾਰਟੀ ਦੇ ਤੌਰ ਦੇ ਉੱਤੇ ਅਸੀਂ ਪ੍ਰਵਾਨਿਤ ਹਾਂ, ਜਿੱਥੇ ਅਸੀਂ ਕਹਾਂਗੇ ਪੰਥਕ ਲੋਕ ਨੇ, ਜਿਹੜੇ ਪੰਥਕ ਵਿਚਾਰਧਾਰਾ ਵਾਲੇ ਲੋਕ ਨੇ, ਜਿਹੜੇ ਉੱਥੇ ਇਕੱਤਰ ਹੋ ਜਾਣਗੇ। ਪਰ ਇੱਥੋਂ ਸਬਕ ਸਿੱਖਣਾ ਚਾਹੀਦਾ ਕਿ ਪੰਥਕ ਵਿਚਾਰਧਾਰਾ
ਦੇ ਨਾਲ ਸੰਬੰਧਿਤ ਜਿਹੜੇ ਲੋਕ ਰਹੇ ਆ ਹੁਣ ਤੱਕ ਉਹਨਾਂ ਦੀ ਵਿਚਾਰਧਾਰਾ ਦੇ ਵਿੱਚ ਕੋਈ ਤਬਦੀਲੀ ਆਈ ਹੈ ਅਤੇ ਉਹ ਤਬਦੀਲੀ ਆਪਾਂ ਲੈ ਕੇ ਆਉਂਦੀ ਆ, ਉਹਨਾਂ ਦੀ ਤਬਦੀਲੀ ਇਹ ਅਚਾਨਕ ਨਹੀਂ ਆਈ, ਹਾਲੇ ਹੋਰ ਬੜੇ ਇਕੱਠ ਹੋਣੇ ਆ, ਪਤਾ ਨਹੀਂ ਕਿਹੜੇ ਵੇਲੇ ਕਦੋਂ ਭੀੜ ਪੈਣ ਦੀ ਗੱਲ ਕਹਿ ਦਿੱਤੀ ਜਾਵੇ ਕਿ ਆਓ ਹੁਣ ਆਪਾਂ ਇੱਥੇ ਇਕੱਤਰ ਹੁੰਦੇ ਹਾਂ, ਉਹਨਾਂ ਇਕੱਠਾਂ ਦੇ ਵਿੱਚ ਸੱਚੀ ਮੁੱਚੀ ਪੰਥਕ ਲੋਕ ਦਿਸਣ। ਅਤੇ ਬੀਬੀ ਜਗੀਰ ਕੌਰ ਨੂੰ ਬੇਨਤੀ ਹੈ ਕਿ ਉਹਨਾਂ ਦੇ ਵੱਲੋਂ ਆਪਣੇ ਤੌਰ ਦੇ ਉੱਤੇ ਕਦੇ ਕਿਸੇ ਦੇ ਉੱਤੇ ਵਾਰ, ਕਦੇ ਕਿਸੇ ਦੇ ਉੱਤੇ ਵਾਰ ਨਾ ਕੀਤੇ ਜਾਣ, ਉਹਨਾਂ ਦੇ ਵੱਲੋਂ ਸਮੇਂ ਦੀ ਹਕੀਕਤ ਨੂੰ ਪਛਾਣਨ ਦੀ ਕੋਸ਼ਿਸ਼ ਕੀਤੀ ਜਾਵੇ। ਸਾਰੀਆਂ ਪਾਰਟੀਆਂ ਕਦੇ ਵੀ ਥੱਲੇ ਨਹੀਂ ਰਹਿੰਦੀਆਂ, ਹਰ ਪਾਰਟੀ ਹਮੇਸ਼ਾ TC ਦੇ ਉੱਤੇ ਨਹੀਂ ਰਹਿੰਦੀ। ਅਸੀਂ ਜ਼ਿੰਦਗੀ ਦੇ ਵਿੱਚ ਸਾਰੇ ਕਿਤੇ ਨਾ ਕਿਤੇ ਕੋਈ ਨਾ ਕੋਈ ਗਲਤੀ ਕਰਦੇ ਹਾਂ ਅਤੇ ਉਹਦੇ ਤੋਂ ਸਬਕ ਸਿੱਖਣਾ ਚਾਹੀਦਾ। ਇਹ ਮੇਰੇ ਲਈ ਵੀ ਜ਼ਰੂਰੀ ਹੈ, ਤੁਹਾਡੇ ਲਈ ਵੀ ਜ਼ਰੂਰੀ ਹੈ, ਸਭਨਾਂ ਦੇ ਲਈ ਜ਼ਰੂਰੀ ਹੈ, ਭਾਵੇਂ ਕੋਈ ਛੋਟਾ ਵਿਅਕਤੀ ਆ, ਭਾਵੇਂ ਕੋਈ ਵੱਡਾ ਵਿਅਕਤੀ ਹੈ। ਸੋ ਜੋ ਉਹਨਾਂ ਨੇ ਖੁਲਾਸਾ ਕੀਤਾ ਕਿ ਕਾਂਗਰਸ ਦੇ ਏਜੰਟਾਂ ਨੇ ਇਹ ਇਕੱਠ ਕੀਤਾ ਸੀ, ਸੁਖਪਾਲ ਸਿੰਘ ਖਹਿਰਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰ ਰਿਹਾ, ਇਹਦੇ ਉੱਤੇ ਸਾਨੂੰ ਹੈਰਾਨੀ ਜ਼ਰੂਰ ਹੋਈ ਹੈ। ਹੋ ਸਕਦਾ ਉਹਨਾਂ ਲੋਕਾਂ ਨੂੰ ਹੈਰਾਨੀ ਨਾ ਹੋਵੇ ਜਿਹੜੇ ਇਹ ਕਹਿੰਦੇ ਆ ਵੀ ਪੱਤਰਕਾਰ ਸਿਰਫ ਉਹ ਹੁੰਦੇ ਆ ਜਿਹੜੇ ਸਾਡੀ ਸੋਚ ਦੇ ਮੁਤਾਬਕ ਕੰਮ ਕਰਦੇ ਆ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਅਸੀਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ, ਪਰ ਪਹਿਲਾਂ ਲੈਣ ਇੱਕ ਛੋਟੀ ਜਿਹੀ ਬ੍ਰੇਕ। ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਦੋਸਤੋ, ਕੁਝ ਹੋਰ ਖਬਰਾਂ ਦੇ ਉੱਤੇ ਟਿੱਪਣੀਆਂ ਕਰਦੇ ਹਾਂ। ਅੱਜ HS ਫੂਲਕਾ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਮੁੱਲਾਪੁਰ ਦਾਖਾ ਤੋਂ, ਉਹਨਾਂ ਦੇ ਵੱਲੋਂ ਨਵਾਂ ਧਮਾਕਾ ਕਰ ਦਿੱਤਾ ਗਿਆ। ਆਪਾਂ ਜਾਣਦੇ ਹਾਂ ਕਿ HS ਫੂਲਕਾ ਨਾ ਤਾਂ ਕੇਜਰੀਵਾਲ ਧੜੇ ਨਾਲ ਸੰਬੰਧਿਤ ਆ ਸਿੱਧੇ ਤੌਰ 'ਤੇ, ਨਾ ਹੀ ਉਹ ਭਗਵੰਤ ਮਾਨ ਦੇ ਗਰੁੱਪ ਨਾਲ ਸੰਬੰਧਿਤ ਹੈ ਅਤੇ ਨਾ ਹੀ ਸਿੱਧੇ ਤੌਰ ਦੇ ਉੱਤੇ ਉਹ ਸੁਖਪਾਲ ਖਹਿਰਾ ਦੇ ਧੜੇ ਨਾਲ ਜੁੜੇ ਹੋਏ ਆ। ਉਹਨਾਂ ਦੇ ਵੱਲੋਂ ਹੁਣ ਤੱਕ ਜਿੰਨਾ ਕੁ ਕੰਮ ਕੀਤਾ ਗਿਆ ਉਹ ਨਿਰਪੱਖ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਇਹ ਸਾਡਾ ਪ੍ਰਭਾਵ ਆ। ਹਾਲਾਂਕਿ ਇੱਕ ਵਿਅਕਤੀ ਦੇ ਵੱਲੋਂ ਪਿਛਲੇ ਦਿਨੀ ਇਹ ਗੱਲ ਕਹੀ ਗਈ ਕਿ ਫੂਲਕਾ ਹੋਰਾਂ ਨੇ ਕੋਈ 1984 ਕਤਲੇਆਮ ਪੀੜਤਾਂ ਦੇ ਮੱਲਮ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਇਹਨਾਂ ਨੇ ਕੇਸ ਲੜਨ ਦੇ ਨਾਂ ਦੇ ਉੱਤੇ 300 ਕਰੋੜ ਰੁਪਈਆ ਕਮਾ ਲਿਆ, ਸਕੂਟਰ ਤੋਂ ਸ਼ੁਰੂ ਹੋ ਕੇ 3 ਮੰਜ਼ਲੀਆਂ ਕੋਠੀਆਂ ਖੜੀਆਂ ਕਰ ਲਈਆਂ। ਬਾਅਦ ਦੇ ਵਿੱਚ ਉਹੀ ਵਿਅਕਤੀ ਗਿਆਨੀ ਗੁਰਬਚਨ ਸਿੰਘ ਨੂੰ ਮਿਲਣ ਵਾਸਤੇ ਅਕਾਲ ਤਖ਼ਤ ਸਾਹਿਬ ਦੇ ਵੱਲ ਗਏ ਅਤੇ ਗਿਆਨੀ ਗੁਰਬਚਨ ਸਿੰਘ ਮਿਲੇ ਨਹੀਂ ਅਤੇ ਬਰੰਗ ਚਿੱਠੀ ਵਾਂਗ ਉਹ ਵਿਅਕਤੀ ਵਾਪਸ ਆ ਗਿਆ ਸੀ। ਇਹ ਉਹਨਾਂ ਦੀ ਆਪਣੀ ਨਿੱਜੀ ਕੋਈ ਗੱਲ ਹੋਊਗੀ, ਕੋਈ ਨਿੱਜੀ ਮਸਲਾ ਹੋ ਸਕਦਾ, ਪਰ HS ਫੂਲਕਾ ਹੋਰਾਂ ਨੇ ਕੋਈ ਦਿਨ ਪਹਿਲਾਂ ਇਹ ਗੱਲ ਕਹੀ ਸੀ ਕਿ ਮੈਂ ਆਪਣੀ ਵਿਧਾਇਕੀ ਨੂੰ ਛੱਡ ਦੇਣਾ। ਉਸ ਵਕਤ ਕੇਜਰੀਵਾਲ ਹੋਰਾਂ ਨੇ ਇਹਨਾਂ ਨੂੰ ਪੜੋਸ ਲਿਆ ਸੀ, ਪਰ ਹੁਣ ਫੂਲਕਾ ਹੋਰਾਂ ਨੇ ਕਿਹਾ ਕਿ ਮੈਂ ਪੜੋਸਿਆ ਨਹੀਂ ਜਾਣਾ। ਉਹਨਾਂ ਨੇ ਸਰਕਾਰ ਨੂੰ 15 ਦਿਨ ਦਾ ਵਕਤ ਦਿੱਤਾ ਸੀ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਉੱਤੇ ਕਾਰਵਾਈ ਕੀਤੀ ਜਾਵੇ, ਦੋਸ਼ੀਆਂ ਦੇ ਉੱਤੇ ਪਰਚੇ ਦਰਜ ਕੀਤੇ ਜਾਣ। ਉਹਨਾਂ ਨੇ ਕੁਝ ਕੁ ਨੇਤਾਵਾਂ ਦੇ ਨਾਂ ਵੀ ਲਏ ਸੀ ਕਿ ਫਲਾਣੇ ਫਲਾਣੇ ਦੇ ਉੱਤੇ ਪਰਚਾ ਦਰਜ ਕੀਤਾ ਜਾਵੇ, ਨਹੀਂ ਤਾਂ ਮੈਂ ਅਸਤੀਫਾ ਦੇ ਦੇਣਾ। ਉਸ ਤੋਂ ਬਾਅਦ ਇੱਕ ਖੇਡ ਜੀ ਬਣ ਗਈ, ਕਿਸੇ ਨੇ ਕਿਹਾ ਕਿ ਉਹਨਾਂ ਦਾ ਸਟੈਂਡ ਸਹੀ ਹੈ ਅਤੇ ਕਿਸੇ ਨੇ ਕਿਹਾ ਕਿ ਇਹ ਉਹਨਾਂ ਦਾ ਪਖੰਡ ਹੈ, ਕਿਸੇ ਨੇ ਕਿਹਾ ਕਿ ਉਹ ਜਜ਼ਬਾਤੀ ਤਰੀਕੇ ਨਾਲ ਇਹ ਗੱਲ ਕਹਿ ਰਹੇ ਆ, ਕਾਨੂੰਨ ਨੇ ਆਪਣੇ ਤਰੀਕੇ ਨਾਲ ਕੰਮ ਕਰਨਾ ਹੁੰਦਾ ਹੈ। ਅਤੇ ਕੇਜਰੀਵਾਲ ਹੋਰਾਂ ਨੇ ਪਲੋਸ ਕੇ ਉਹਨਾਂ ਨੂੰ ਇੱਕ ਵਾਰ ਤਾਂ ਚੁੱਪ ਕਰਾ ਲਿਆ, ਪਰ ਹੁਣ ਜਦੋਂ 45 ਦਿਨ ਬੀਤ ਗਏ ਆ, 15 ਦਿਨ ਦਾ ਅਲਟੀਮੇਟਮ ਦਿੱਤਾ ਸੀ, 45 ਦਿਨ ਹੋ ਚੁੱਕੇ ਆ, ਤਾਂ ਫੂਲਕਾ ਹੋਰਾਂ ਨੇ ਕਿਹਾ ਕਿ ਸ਼ੁੱਕਰਵਾਰ ਯਾਨੀ ਕਿ 12 ਤਰੀਕ ਨੂੰ ਮੈਂ ਵਿਧਾਇਕੀ ਛੱਡ ਦੇਣੀ ਆ। ਅੱਜ ਇੱਕ ਪਾਸੇ ਕੇਜਰੀਵਾਲ ਬਠਿੰਡੇ ਦੇ ਵਿੱਚ ਆਏ ਸੀ, ਵਿਧਾਇਕਾ ਰੁਪਿੰਦਰ ਕੌਰ ਰੂਬੀ ਦੇ ਵਿਆਹ ਦੀ ਦਾਵਤ ਖਾ ਰਹੇ ਸੀ, ਅਤੇ ਦੂਜੇ ਪਾਸੇ ਮੁੱਲਾਪੁਰ ਦਾਖਾਂ ਦੇ ਵਿੱਚ ਇਹ ਐਲਾਨ ਕਰ ਦਿੱਤਾ ਗਿਆ। ਪਹਿਲਾਂ ਇਹ ਖਬਰ ਸਾਂਝੀ ਕਰਦੇ ਹਾਂ, ਬਾਅਦ ਵਿੱਚ ਕਰਦੇ ਹਾਂ ਟਿੱਪਣੀ। ਇੱਧਰ ਪੰਜਾਬ ਦੇ ਵਿੱਚ ਕੇਜਰੀਵਾਲ ਅਤੇ ਹੋਰ ਸੀਨੀਅਰ ਨੇਤਾ ਵਿਧਾਇਕਾ ਰੁਪਿੰਦਰ ਕੌਰ ਰੂਬੀ ਦੇ ਵਿਆਹ ਦੇ ਵਿੱਚ ਸ਼ਿਰਕਤ ਕਰਨ ਆਏ ਸਨ, ਦੂਜੇ ਪਾਸੇ HS ਫੂਲਕਾ ਨੇ ਮੁੜ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ। ਫੂਲਕਾ ਨੇ ਕਿਹਾ ਕਿ ਉਹ ਸਰਕਾਰ ਵੱਲੋਂ ਬੇਅਦਬੀ ਅਤੇ ਗੋਲੀ ਕਾਂਡਾਂ ਦੀ ਜਾਂਚ ਸਹੀ ਤਰੀਕੇ ਨਾਲ ਨਾ ਕਰਨ ਦੇ ਰੋਸ ਵਜੋਂ ਭਲਕੇ ਯਾਨੀ ਕਿ ਸ਼ੁੱਕਰਵਾਰ ਨੂੰ ਵਿਧਾਨ ਸਭਾ ਤੋਂ ਅਸਤੀਫਾ ਦੇਣਗੇ। ਫੂਲਕਾ ਨੇ ਦੱਸਿਆ ਕਿ ਉਹਨਾਂ ਸਰਕਾਰ ਨੂੰ ਕਾਰਵਾਈ ਵਾਸਤੇ 15 ਦਿਨ ਦਾ ਵਕਤ ਦਿੱਤਾ ਸੀ ਅਤੇ ਹੁਣ 45 ਦਿਨ ਹੋ ਗਏ ਨੇ, ਸਰਕਾਰ ਨੇ ਕੋਈ ਸੁਣਵਾਈ ਨਹੀਂ ਕੀਤੀ। ਉਹਨਾਂ ਨੇ ਕਿਹਾ ਕਿ ਅੱਜ ਫਿਰ ਮਾਮਲੇ ਦੀ ਸੁਣਵਾਈ ਸੀ ਜਿਹੜੀ ਹੁਣ 14 ਨਵੰਬਰ ਦੇ ਉੱਤੇ ਪੈ ਗਈ ਹੈ। ਉਹਨਾਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਦੀ ਬੇਅਦਬੀ ਅਤੇ ਗੋਲੀ ਕਾਂਡਾਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਨੀਅਤ ਨਹੀਂ ਹੈ। ਦਾਖਾ ਤੋਂ ਵਿਧਾਇਕ ਅਤੇ 1984 ਸਿੱਖ ਕਤਲੇਆਮ ਪੀੜਤ ਪਰਿਵਾਰਾਂ ਦੇ ਵਕੀਲ ਨੇ ਕਿਹਾ ਕਿ ਉਹਨਾਂ ਨੇ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ, ਸੋ ਇਹੀ ਕਰ ਰਹੇ ਹਾਂ। ਉਹਨਾਂ ਨੇ ਦੱਸਿਆ ਕਿ ਉਹ ਅਸਤੀਫੇ ਦੀ ਕਾਪੀ ਚੋਣ ਕਮਿਸ਼ਨ ਦੇ ਵਿੱਚ ਜਮ੍ਹਾਂ ਕਰਵਾ ਦੇਣਗੇ ਅਤੇ ਅਸਲੀ ਕਾਪੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਭੇਜ ਦੇਣਗੇ। ਜ਼ਿਕਰਯੋਗ ਹੈ ਕਿ ਫੂਲਕਾ ਨੇ 1 ਸਤੰਬਰ ਨੂੰ ਬੇਅਦਬੀ ਅਤੇ ਗੋਲੀ ਕਾਂਡਾਂ ਦੇ ਦੋਸ਼ੀਆਂ ਵਿਰੁੱਧ ਸਰਕਾਰ ਦੀ ਢਿੱਲੀ ਕਾਰਵਾਈ ਦੇ ਦੋਸ਼ ਲਾਉਂਦਿਆਂ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਉਹ ਇੱਕ ਵਾਰ ਇਹ ਫੈਸਲਾ ਟਾਲ ਵੀ ਚੁੱਕੇ ਨੇ, ਪਰ ਹੁਣ ਉਹਨਾਂ ਨੇ ਫਿਰ ਝੰਡਾ ਚੁੱਕ ਲਿਆ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿਹੜੇ ਬੰਦੇ ਨੇ ਚੋਣ ਲੜਨੀ ਹੈ, ਕਿਹਨੇ ਜਿੱਤਣ ਤੋਂ ਬਾਅਦ ਅਸਤੀਫਾ ਦੇਣਾ, ਕਿਹਨੇ ਕਿਹੜੀ ਜ਼ਿੰਮੇਵਾਰੀ ਨਿਭਾਉਣੀ ਹੈ, ਇਹ ਵਿਅਕਤੀ ਦੇ ਨਿੱਜੀ ਅਧਿਕਾਰ ਹੈ, ਅਸੀਂ ਇਹਦੇ ਵਿੱਚ ਦਖਲ ਨਹੀਂ ਦੇ ਸਕਦੇ। ਹੋ ਸਕਦਾ ਕੱਲ੍ਹ ਨੂੰ ਕੋਈ ਹੋਰ ਵਿਧਾਇਕ ਵੀ ਅਸਤੀਫਾ ਦੇਣ ਦੀ ਗੱਲ ਕਵੇ, ਪਰ ਜਿਸ ਤਰੀਕੇ ਦੇ ਨਾਲ HS ਫੂਲਕਾ ਹੋਰਾਂ ਦੇ ਵੱਲੋਂ ਵਿਧਾਨ ਸਭਾ ਦੀ ਮੈਂਬਰੀ ਨੂੰ ਛੱਡਣ ਦਾ ਐਲਾਨ ਕੀਤਾ ਗਿਆ,
ਇਹ ਫੂਲਕਾ ਦੇ ਲਈ ਪਤਾ ਨਹੀਂ ਘਾਟੇਬੰਦੀ ਗੱਲ ਹੈ, ਪਤਾ ਨਹੀਂ ਮੁਨਾਫੇਬੰਦੀ ਗੱਲ ਹੈ, ਇਹ ਬਾਅਦ ਦੇ ਵਿੱਚ ਪਤਾ ਲੱਗੂਗਾ, ਪਰ ਇਹ ਆਮ ਆਦਮੀ ਪਾਰਟੀ ਦੇ ਲਈ ਖਾਸੀ ਘਾਟੇਬੰਦੀ ਗੱਲ ਹੈ, ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਸਾਰਾ ਕੁਝ ਇਸ ਵਕਤ ਸਹੀ ਨਹੀਂ ਚੱਲ ਰਿਹਾ। ਜੇਕਰ ਸਾਰਾ ਕੁਝ ਸਹੀ ਚੱਲਦਾ ਹੁੰਦਾ ਤਾਂ ਹੋ ਸਕਦਾ ਪਿਛਲੇ ਦਿਨੀ ਕੇਜਰੀਵਾਲ ਹੋਰੀ ਆ ਕੇ ਫੂਲਕਾ ਹੋਰਾਂ ਨੂੰ ਨਾ ਮਨਾਉਂਦੇ, ਕਿਉਂਕਿ ਜਦੋਂ ਪਿਛਲੇ ਦਿਨੀ ਫੂਲਕਾ ਨੇ ਐਲਾਨ ਕੀਤਾ ਸੀ ਅਸਤੀਫਾ ਦੇਣ ਦਾ ਤਾਂ ਕੇਜਰੀਵਾਲ ਹੋਰਾਂ ਨੇ ਇਹਨਾਂ ਨੂੰ ਮਨਾ ਲਿਆ ਸੀ। ਇਹਨਾਂ ਨੂੰ ਕਿਹਾ ਸੀ ਵੀ ਕੁਝ ਕੁ ਦੇਰ ਹੋਰ ਉਡੀਕ ਕਰੋ, ਆਪਾਂ ਸਮੂਹਕ ਤੌਰ ਦੇ ਉੱਤੇ ਸੱਤਾਧਾਰੀ ਧਿਰ ਦੇ ਉੱਤੇ ਦਬਾਅ ਬਣਾਵਾਂਗੇ। ਫੂਲਕਾ ਹੋਰੀ ਇਸ ਤੋਂ ਪਹਿਲਾਂ ਵੀ ਇਹ ਗੱਲ ਕਹਿ ਚੁੱਕਿਆ ਕਿ ਜੇਕਰ 2019 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵੱਲੋਂ ਗੱਠਜੋੜ ਦੀ ਗੱਲ ਕੀਤੀ ਗਈ ਤਾਂ ਫਿਰ ਮੈਂ ਅਹੁਦੇ ਤੋਂ ਅਸਤੀਫਾ ਦੇ ਰਿਹਾ, ਪਰ ਉਹ ਉਦੋਂ ਦੇਣਾ ਜਦੋਂ ਗੱਠਜੋੜ ਦੀ ਗੱਲ ਹੋਈ ਅਤੇ ਇਹ ਇਹਨਾਂ ਨੇ ਬੇਅਦਬੀ ਦੇ ਮਾਮਲੇ ਦੇ ਉੱਤੇ ਅਸਤੀਫਾ ਦੇਣ ਦੀ ਹੁਣ ਗੱਲ ਕਹੀ ਹੈ। ਜਾਂ ਤਾਂ ਫੂਲਕਾ ਹੋਰੀ ਜਾਣਦੇ ਆ ਕਿ ਗੱਠਜੋੜ ਇਹਨਾਂ ਨੇ ਕਰ ਹੀ ਲੈਣਾ, ਅੱਜ ਨਹੀਂ ਤਾਂ ਕੱਲ੍ਹ, ਕੱਲ੍ਹ ਨਹੀਂ ਤਾਂ ਪਰਸੋਂ, ਕੁਝ ਨਾ ਕੁਝ ਇਹਨਾਂ ਨੇ ਇਸ ਮੁਤਲਕ ਅੰਦਰ ਖਾਤੇ ਗੰਢ ਧੁੱਪ ਕਰ ਲਈ ਹੈ। ਅਤੇ ਜਾਂ ਫਿਰ ਫੂਲਕਾ ਸਾਹਿਬ ਦੇ ਮਨ ਦੇ ਵਿੱਚ ਸੱਚੀ ਮੁੱਚੀ ਇੱਕ ਚੀਜ਼ ਹੈ, ਪਰ ਜਿਹੜੇ ਕਾਨੂੰਨ ਦੇ ਮਾਹਰ ਹੈ ਜਾਂ ਜਿਹੜੇ ਵੀ ਹੋਰ ਵਿਅਕਤੀ ਨੇ ਰਾਜਨੀਤੀ ਨੂੰ ਭਲੀ ਭਾਂਤ ਸਮਝਣ ਵਾਲੇ, ਉਹ ਇਹ ਗੱਲ ਕਹਿ ਰਹੇ ਆ ਕਿ ਫੂਲਕਾ ਹੋਰਾਂ ਨੂੰ ਇਸ ਵਕਤ ਵਿਧਾਨ ਸਭਾ ਦੇ ਵਿੱਚ ਰਹਿ ਕੇ ਲੜਾਈ ਲੜਨੀ ਚਾਹੀਦੀ ਹੈ। ਪਰ ਦੂਜੇ ਪਾਸੇ ਇਹ ਵੀ ਤਰਕ ਹੈ ਵੀ ਉਹ ਇਕੱਲੇ ਕੀ ਲੜਨਗੇ, ਕਿਉਂਕਿ ਉਹ ਤਾਂ ਨਾ ਖਹਿਰਾ ਗਰੁੱਪ ਦੇ ਵੱਲ ਹੈ, ਨਾ ਉਹ ਇਸ ਵਕਤ ਕੇਜਰੀਵਾਲ ਗਰੁੱਪ ਦੇ ਵੱਲ ਹੈ, ਉਹ ਨਿਰਪੱਖ ਤਰੀਕੇ ਦੇ ਨਾਲ ਉਹ ਇਕੱਲੇ ਜੇ ਨਜ਼ਰ ਆ ਰਹੇ ਇਸ ਵਕਤ। ਪਰ ਇਹ HS ਫੂਲਕਾ ਹੋਰਾਂ ਦੀ ਆਪਣੀ ਸਮਝ ਦੇ ਉੱਤੇ ਨਿਰਭਰ ਕਰਦਾ ਕਿ ਉਹਨਾਂ ਨੇ ਕੀ ਫੈਸਲਾ ਲੈਣਾ, ਕੀ ਫੈਸਲਾ ਨਹੀਂ ਲੈਣਾ। ਪਰ ਜੇਕਰ ਉਹਨਾਂ ਦੇ ਅਸਤੀਫੇ ਤੋਂ ਬਾਅਦ ਇਹ ਇੱਕ ਹਵਾ ਬਣਦੀ ਹੈ, ਇਹ ਇੱਕ ਪ੍ਰਭਾਵ ਜਾਂਦਾ ਲੋਕਾਂ ਤੱਕ ਕਿ ਸਰਕਾਰ ਦੇ ਉੱਤੇ ਇਸ ਤਰੀਕੇ ਨਾਲ ਦਬਾਅ ਪੈ ਸਕਦਾ ਦੋਸ਼ੀਆਂ ਦੇ ਖਿਲਾਫ਼ ਕਾਰਵਾਈ ਕਰਨ ਦਾ, ਤਾਂ ਮੇਰੇ ਖਿਆਲ ਦੇ ਮੁਤਾਬਕ ਇਹ ਇੱਕ ਚੰਗੀ ਗੱਲ ਹੋਊਗੀ। ਸੋ ਕੱਲ੍ਹ ਦਾ ਦਿਨ ਯਾਨੀ ਕਿ ਸ਼ੁੱਕਰਵਾਰ ਦੱਸੂਗਾ ਕਿ HS ਫੂਲਕਾ ਕਿੰਨੇ ਵਜੇ ਅਸਤੀਫਾ ਦਿੰਦੇ ਆ, ਕੀ ਇਹਨਾਂ ਨੂੰ ਕੋਈ ਮਨਾਉਣ ਦੀ ਕੋਸ਼ਿਸ਼ ਕਰਦਾ, ਕੀ ਇਹਦੇ ਨਾਲ ਸਰਕਾਰ ਦੇ ਉੱਤੇ ਕੋਈ ਦਬਾਅ ਪੈਂਦਾ ਜਾਂ ਫਿਰ ਨਹੀਂ ਪੈਂਦਾ। 2 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਉੱਤੇ ਇੱਕ ਵਿਅਕਤੀ ਦੇ ਵੱਲੋਂ ਜੁੱਤੀ ਚਲਾਈ ਗਈ ਸੀ, ਉਸ ਵਿਅਕਤੀ ਨੂੰ ਹੁਣ ਸਜ਼ਾ ਮਿਲੀ ਹੈ। ਮਾਣਯੋਗ ਅਦਾਲਤ ਦੇ ਵੱਲੋਂ ਇਸ ਮੁਤਲਕ ਫੈਸਲਾ ਸੁਣਾਇਆ ਗਿਆ, ਉਸ ਸੰਬੰਧਿਤ ਵਿਅਕਤੀ ਨੂੰ 2 ਵਰ੍ਹਿਆਂ ਦੀ ਸਜ਼ਾ ਹੋਈ ਹੈ। ਇਸ ਮੁਤਲਕ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਜਾਂ ਅਕਾਲੀ ਦਲ ਦੇ ਨੇਤਾਵਾਂ ਦੇ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ, ਅਤੇ ਅਸੀਂ ਵੀ ਇਹੀ ਗੱਲ ਕਹਿੰਦੇ ਹਾਂ ਕਿ ਕਾਨੂੰਨ ਨੇ ਆਪਣੇ ਤਰੀਕੇ ਨਾਲ ਕੰਮ ਕਰਨਾ ਹੁੰਦਾ ਹੈ, ਕਾਨੂੰਨ ਜਿਵੇਂ ਠੀਕ ਸਮਝਦਾ ਉਹਦੇ ਵਿੱਚ ਕਿਸੇ ਦੀ ਇੰਨੀ ਹਿੰਮਤ ਨਹੀਂ ਕਿ ਕੋਈ ਟਿੱਪਣੀ ਕੀਤੀ ਜਾ ਸਕੇ। ਪਰ ਇੱਕ ਗੱਲ ਜ਼ਰੂਰ ਕਹਿਣੀ ਬਣਦੀ ਹੈ ਕਿ ਜਦੋਂ ਜਰਨੈਲ ਸਿੰਘ ਹੋਰਾਂ ਦੇ ਵੱਲੋਂ, ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਬਣਨ 'ਚ ਕਾਮਯਾਬ ਹੋਏ ਸੀ ਬਾਅਦ 'ਚ, ਉਹਨਾਂ ਦੇ ਵੱਲੋਂ ਪੀ ਚਿਦੰਬਰਮ ਦੇ ਵੱਲ ਜੁੱਤੀ ਸੁੱਟੀ ਗਈ ਸੀ, ਉਹ ਜੁੱਤੀ ਵੱਜੀ ਤਾਂ ਨਹੀਂ ਸੀ ਪਰ ਉਹ ਹੀਰੋ ਬਣ ਗਏ ਸੀ, ਉਹ ਨਾਇਕ ਬਣ ਗਏ ਸੀ। ਉਸ ਤੋਂ ਬਾਅਦ ਉਹ ਪੱਤਰਕਾਰ ਤੋਂ ਰਾਜਨੀਤਿਕ ਵਿਅਕਤੀ ਬਣ ਗਏ, ਫਿਰ ਉਹ ਆਮ ਆਦਮੀ ਪਾਰਟੀ ਦੇ ਵਿੱਚ ਆਏ, ਫਿਰ ਉਸ ਤੋਂ ਬਾਅਦ ਜੁੱਤੀਆਂ ਚਲਾਉਣ ਦਾ ਇੱਕ ਰਿਵਾਜ਼ ਜਿਹਾ ਤੁਰ ਪਿਆ ਸੀ। ਫਿਰ ਤਾਂ ਹਰ ਹਫ਼ਤੇ ਇਹੋ ਜਿਹੀ ਖਬਰ ਆਉਂਦੀ ਸੀ ਕਿ ਫਲਾਣੀ ਥਾਂ ਦੇ ਉੱਤੇ ਫਲਾਣੇ ਵੱਲ ਜੁੱਤੀ ਸੁੱਟ ਦਿੱਤੀ ਗਈ, ਫਲਾਣੀ ਥਾਂ ਦੇ ਉੱਤੇ ਫਲਾਣੇ ਦੇ ਵੱਲ ਟਮਾਟਰ ਸੁੱਟ ਦਿੱਤਾ ਗਿਆ, ਫਲਾਣੀ ਥਾਂ ਦੇ ਉੱਤੇ ਫਲਾਣੇ ਵਿਅਕਤੀ ਦੇ ਵੱਲੋਂ ਫਲਾਣੇ ਨੇਤਾ ਦੇ ਵੱਲ ਸਿਆਹੀ ਸੁੱਟੀ ਗਈ। ਇਹੋ ਜਿਹੀਆਂ ਖਬਰਾਂ ਪੜ੍ਹਨ ਤੋਂ ਬਾਅਦ ਕਦੇ ਕਦੇ ਮਨ ਦੇ ਵਿੱਚ ਆਉਂਦਾ ਸੀ ਕਿ ਇਹ ਇੱਕ ਖੇਡ ਜੀ ਬਣ ਗਈ ਹੈ। ਨਿੱਜੀ ਤੌਰ ਦੇ ਉੱਤੇ ਮੇਰੇ ਵਿਚਾਰ ਇਹ ਹੈ ਕਿ ਅਸੀਂ ਵਿਚਾਰਧਾਰਕ ਮਤਭੇਦ ਕਿਸੇ ਦੇ ਨਾਲ ਵੀ ਰੱਖ ਸਕਦੇ ਹਾਂ, ਪਰ ਮਨਭੇਦ ਵਾਲੀ ਕੋਈ ਗੱਲ ਨਹੀਂ ਹੋਣੀ ਚਾਹੀਦੀ। ਹੋ ਸਕਦਾ ਮੈਨੂੰ ਕਿਸੇ ਦੇ ਵਿਚਾਰ ਨਾ ਪਸੰਦ ਹੋਣ, ਹੋ ਸਕਦਾ ਕਿਸੇ ਨੂੰ ਮੇਰੇ ਵਿਚਾਰ ਨਾ ਪਸੰਦ ਹੋਣ, ਇਹਦਾ ਮਤਲਬ ਇਹ ਨਹੀਂ ਕਿ ਅਸੀਂ ਜੁੱਤੀਆਂ ਚਲਾ ਗਏ, ਅਸੀਂ ਚੱਪਲਾਂ ਉਹਦੇ ਵੱਲ ਸੁੱਟ ਗਏ, ਅਸੀਂ ਮੁੱਕੇ ਮਾਰ ਗਏ, ਅਸੀਂ ਗਾਲਾਂ ਕੱਢ ਗਏ। ਅਸੀਂ ਸ਼ਬਦਾਂ ਦੇ ਨਾਲ, ਅਸੀਂ ਤਰਕ ਦੇ ਨਾਲ ਇੱਕ ਦੂਜੇ ਨੂੰ ਸੱਚਾ ਝੂਠਾ ਸਾਬਤ ਕਰ ਸਕਦੇ ਹਾਂ। ਜਿਹੜੇ ਵਿਅਕਤੀ ਦੇ ਵੱਲੋਂ ਜੁੱਤੀ ਸੁੱਟੀ ਗਈ ਉਹਨੂੰ ਅਦਾਲਤ ਨੇ 2 ਸਾਲ ਦੀ ਸਜ਼ਾ ਸੁਣਾਈ ਹੈ। ਇਹ ਜਿਵੇਂ ਅਸੀਂ ਮੁੱਢ ਦੇ ਵਿੱਚ ਗੱਲ ਕਹੀ ਆ, ਅਦਾਲਤ ਦੀ ਪ੍ਰਕਿਰਿਆ ਦਾ ਇੱਕ ਹਿੱਸਾ। ਪਰ ਮੈਂ ਇਹ ਜ਼ਰੂਰ ਚਾਹੁੰਦਾ ਕਿ ਪ੍ਰਕਾਸ਼ ਸਿੰਘ ਬਾਦਲ ਹੋਣ, ਕੈਪਟਨ ਅਮਰਿੰਦਰ ਸਿੰਘ ਹੋਣ, ਕੇਜਰੀਵਾਲ ਹੋਣ, ਬੀਬੀ ਜਗੀਰ ਕੌਰ ਹੋਵੇ, ਖਹਿਰਾ ਹੋਰੀ ਹੋਣ, ਬੈਂਸ ਭਰਾ ਹੋਣ, ਜਾਂ ਕੋਈ ਵੀ ਹੋਰ ਛੋਟਾ ਵੱਡਾ ਨੇਤਾ ਹੋਵੇ, ਉਹਨਾਂ ਦੇ ਵੱਲ ਜੁੱਤੀਆਂ ਸੁੱਟਣ ਦੀ ਲੋੜ ਨਹੀਂ। ਉਹਨਾਂ ਨੂੰ ਆਪਣੇ ਵਿਚਾਰਾਂ ਦੇ ਨਾਲ ਨਿਰਉੱਤਰ ਕਰਨ ਦੀ ਕੋਸ਼ਿਸ਼ ਕਰੋ। ਜੇਕਰ ਅਸੀਂ ਵਿਚਾਰਾਂ ਦੇ ਨਾਲ ਨਿਰਉੱਤਰ ਨਹੀਂ ਕਰਦੇ ਅਤੇ ਫਿਰ ਉਸ ਤੋਂ ਬਾਅਦ ਜੁੱਤੀਆਂ ਸੁੱਟਦੇ ਹਾਂ, ਤਾਂ ਇਹਦਾ ਮਤਲਬ ਇਹ ਹੈ ਕਿ ਵਿਚਾਰਧਾਰਕ ਤੌਰ ਦੇ ਉੱਤੇ ਅਸੀਂ ਪੱਕੇ ਨਹੀਂ ਹਾਂ। ਅਸੀਂ ਕਿਸੇ ਦੇ ਇੱਕ ਮਾਰ ਕੇ, ਅਸੀਂ ਕਿਸੇ ਦੇ ਵੱਲ ਜੁੱਤੀ ਸੁੱਟ ਕੇ ਆਪਣੇ ਹਰਖ ਦਾ ਪ੍ਰਗਟਾਵਾ ਕਰਦੇ ਹਾਂ, ਨਾ ਕਿ ਆਪਣੀ ਬੌਧਿਕਤਾ ਦਾ ਪ੍ਰਗਟਾਵਾ ਕਰਦੇ ਹਾਂ। ਅਤੇ ਜਿਹੜੀ ਖਬਰ ਸਾਡੇ ਤੱਕ ਪੜੀ ਆ ਉਹਦਾ ਵੇਰਵਾ ਇਸ ਤਰੀਕੇ ਨਾਲ ਆ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਦੇ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਜੁੱਤੀ ਮਾਰਨ ਵਾਲੇ ਗੁਰਬਚਨ ਸਿੰਘ ਨੂੰ ਮਲੋਟ ਦੀ ਅਦਾਲਤ ਨੇ 2 ਵਰ੍ਹਿਆਂ ਦੀ ਸਜ਼ਾ ਸੁਣਾਈ ਹੈ। ਗੁਰਬਚਨ ਸਿੰਘ ਮੁਤਵਾਦੀ ਜਥੇਦਾਰ ਅਮਰੀਕ ਸਿੰਘ ਅਜਨਾਲਾ ਦਾ ਭਰਾ ਹੈ। ਗੁਰਬਚਨ ਸਿੰਘ ਨੇ ਵਿਧਾਨ ਸਭਾ ਚੋਣਾਂ ਦੇ ਮੌਕੇ ਹਲਕਾ ਲੰਬੀ ਦੇ ਪਿੰਡ ਰੱਤਾ ਖੇੜਾ ਦੇ ਵਿੱਚ ਬਾਦਲ ਦੇ ਵੱਲ ਜੁੱਤੀ ਵਗਾਹ ਮਾਰੀ ਸੀ। ਉਸ ਮਗਰੋਂ ਬਾਦਲ ਹੋਰੀ ਘਬਰਾ ਕੇ ਆਪਣਾ ਚੋਣ ਪ੍ਰਚਾਰ ਖਤਮ ਕਰਕੇ ਘਰ ਵਾਪਸ ਪਰਤ ਗਏ ਸਨ। ਉਸ ਵਕਤ ਬਾਦਲ ਹੋਰਾਂ ਦੀ ਐਨਕ ਵੀ ਟੁੱਟ ਗਈ ਸੀ। ਮੁਕਤਸਰ ਪੁਲਿਸ ਦੇ ਥਾਣਾ ਕਬਰਵਾਲਾ ਦੇ ਵਿੱਚ ਗੁਰਬਚਨ ਸਿੰਘ ਦੇ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਜੁੱਤੀ ਮਾਰਨ ਤੋਂ ਬਾਅਦ ਗੁਰਬਚਨ ਸਿੰਘ ਉੱਥੇ ਹੀ ਖੜ੍ਹਾ ਰਿਹਾ ਸੀ, ਉਹਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਅਤੇ ਉਸ ਵਕਤ ਵੀ ਇਹੀ ਖਬਰ ਸੀ
ਸਿੱਖ ਸੰਗਤ ਦੇ ਵਿੱਚ ਬੇਹੱਦ ਰੋਸ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਜਿਸ ਤਰੀਕੇ ਦੇ ਨਾਲ ਗੁਰਬਚਨ ਸਿੰਘ ਹੋਰਾਂ ਨੂੰ ਅਦਾਲਤ ਨੇ ਸਜ਼ਾ ਸੁਣਾਈ ਹੈ, ਜੋ ਉਹਨਾਂ ਨੇ ਕੀਤਾ ਉਹਦੇ ਮੁਤਾਬਕ ਸਜ਼ਾ ਮਿਲੀ ਹੈ, ਅਸੀਂ ਇਹਨੂੰ ਨਾ ਚੰਗਾ ਕਹਿੰਦੇ ਹਾਂ ਨਾ ਮਾੜਾ ਕਹਿੰਦੇ ਹਾਂ, ਇਹ ਇੱਕ ਪ੍ਰਕਿਰਿਆ ਦਾ ਹਿੱਸਾ ਜਿਵੇਂ ਮੁੱਢ ਦੇ ਵਿੱਚ ਗੱਲ ਕੀਤੀ ਹੈ। ਪਰ ਅਸੀਂ ਇਹ ਵੀ ਗੱਲ ਦੇ ਉੱਤੇ ਵਾਰ ਵਾਰ ਜ਼ੋਰ ਦੇਣਾ ਚਾਹਾਂਗੇ ਕਿ ਜੁੱਤੀਆਂ ਮਾਰਨ ਦੇ ਨਾਲ ਮਸਲੇ ਹੱਲ ਨਹੀਂ ਜੇ ਹੋਣ ਵਾਲੇ, ਵਿਚਾਰਧਾਰਕ ਤੌਰ ਦੇ ਉੱਤੇ ਪੱਕੇ ਹੋਣ ਦੀ ਲੋੜ ਹੈ। ਅਸੀਂ ਉਦੋਂ ਜੁੱਤੀ ਚਲਾਈ, ਉਹਦਾ ਕੀ ਫਰਕ ਪਿਆ, ਉਹਦੇ ਨਾਲ ਕੀ ਬੇਅਦਬੀ ਕਾਂਡ ਦੇ ਮੁਤਲਕ ਹਾਲੇ ਤੱਕ ਦੋਸ਼ੀਆਂ ਦੇ ਉੱਤੇ ਕੋਈ ਕਾਰਵਾਈ ਹੋਈ ਹੈ। ਅਸੀਂ ਆਪਣੇ ਹਰਖ ਨੂੰ ਉਸ ਵਕਤ ਮੱਠਾ ਕਰ ਲਿਆ, ਪਰ ਇਸ ਵਕਤ ਅਸੀਂ ਜੇਲ੍ਹ ਦੀ ਯਾਤਰਾ ਕਰ ਰਹੇ ਹਾਂ। ਇਸ ਕਰਕੇ ਇਹਨਾਂ ਮਸਲਿਆਂ ਨੂੰ ਸਮਝਣ ਦੀ ਲੋੜ ਹੈ। ਅਸੀਂ ਵਿਦੇਸ਼ਾਂ ਦੇ ਵਿੱਚ ਵੀ ਕਈ ਵਾਰ ਹਿੰਸਕ ਹੋ ਜਾਂਦੇ ਹਾਂ। ਮੈਂ ਕਿਸੇ ਕਿਤਾਬ ਦੇ ਵਿੱਚ ਪੜ੍ਹਿਆ ਸੀ ਕਿ ਜਦੋਂ ਸਾਡੇ ਕੋਲ ਸ਼ਬਦਾਂ ਦੇ ਤੀਰ ਮੁੱਕ ਜਾਂਦੇ ਆ, ਫਿਰ ਅਸੀਂ ਆਪਣੇ ਵੱਖ ਵੱਖ ਅੰਗਾਂ ਨੂੰ, ਅਸੀਂ ਸਰੀਰ ਨੂੰ ਅਸੀਂ ਗਾਲਾਂ ਦੇ ਤੌਰ ਦੇ ਉੱਤੇ ਜਾਂ ਅਸੀਂ ਮੁੱਕਿਆਂ ਦੇ ਤੌਰ ਦੇ ਉੱਤੇ ਵਰਤਣਾ ਸ਼ੁਰੂ ਕਰਦੇ ਹਾਂ। ਸਾਡੇ ਕੋਲ ਇੰਨਾ ਕੁ ਗਿਆਨ ਹੋਣਾ ਚਾਹੀਦਾ ਹੈ, ਸਾਡੇ ਕੋਲ ਇੰਨੇ ਕੁ ਤਰਕ ਹੋਣੇ ਚਾਹੀਦੇ ਆ ਵੀ ਕਿਸੇ ਵੀ ਵਿਅਕਤੀ ਨੂੰ, ਖਾਸ ਕਰਕੇ ਰਾਜਨੀਤਿਕ ਨੇਤਾ ਜਿਹਨੂੰ ਅਸੀਂ ਵੋਟਾਂ ਪਾ ਪਾ ਕੇ ਇਸ ਮਰਾਤਬੇ ਦੇ ਉੱਤੇ ਪਹੁੰਚਾਇਆ ਹੁੰਦਾ, ਉਹਨੂੰ ਨਿਰਉਤਰ ਕੀਤਾ ਜਾ ਸਕੇ, ਉਹਨੂੰ ਉਹਦੀ ਗਲਤੀ ਦਾ ਅਹਿਸਾਸ ਕਰਵਾਇਆ ਜਾ ਸਕੇ। ਸੋ ਜੋ ਕੁਝ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਬਾਕੀ ਵੱਖ ਵੱਖ ਹਿੱਸਿਆਂ ਦੇ ਵਿੱਚ ਹੁੰਦਾ, ਉਹਦੇ ਨਾਲ ਕਈ ਵਾਰ ਅਸਹਿਮਤ ਹੋਣ ਨੂੰ ਮਨ ਕਰਦਾ ਹੈ ਕਿ ਅਸੀਂ ਜਾਂ ਤਾਂ ਨੇਤਾ ਨੂੰ ਵੋਟ ਪਾਉਣ ਲੱਗੇ ਨਹੀਂ ਸੋਚਦੇ, ਪਹਿਲਾਂ ਅਸੀਂ ਵੋਟ ਪਾ ਦਿੰਦੇ ਹਾਂ ਅਤੇ 3 ਕੁ ਮਹੀਨਿਆਂ ਬਾਅਦ ਅਸੀਂ ਕਹਿ ਦਿੰਦੇ ਅਸੀਂ ਲੁੱਟੇ ਗਏ, ਅਸੀਂ ਪੱਟੇ ਗਏ, ਜਦਕਿ 3 ਮਹੀਨਾ ਪਹਿਲਾਂ ਵੀ ਇਹ ਗੱਲ ਸੋਚੀ ਜਾ ਸਕਦੀ ਹੁੰਦੀ ਹੈ। ਪਹਿਲੀ ਗੱਲ ਤਾਂ ਇਹ ਸਾਡੇ ਹਿੱਸੇ ਆਉਂਦੀ ਹੈ ਕਿ ਵੋਟ ਪਾਉਣ ਤੋਂ ਪਹਿਲਾਂ ਸਭ ਤੋਂ ਵੱਧ ਸੋਚਿਆ ਜਾਵੇ, ਅਤੇ ਜਦੋਂ ਵੋਟ ਪੈ ਜਾਂਦੀ ਹੈ ਉਸ ਤੋਂ ਬਾਅਦ ਸਾਡੇ ਹਿੱਸੇ ਕੁਛ ਰਹਿ ਨਹੀਂ ਜਾਂਦਾ ਸਿਵਾਏ ਪਛਤਾਵੇ ਦੇ। ਇਸ ਕਰਕੇ ਮਗਰੋਂ ਹਿੰਸਕ ਹੋਣ ਦੇ ਨਾਲੋਂ ਤੁਸੀਂ ਵੋਟ ਕਿਹਨੂੰ ਪਾਉਣੀ ਆ, ਕਿਹਨੂੰ ਨਹੀਂ ਪਾਉਣੀ, ਇਹਦੇ ਬਾਬਤ ਤੈਅ ਕਰਿਆ ਕਰੋ। ਤੁਸੀਂ ਬਾਅਦ ਦੇ ਵਿੱਚ ਗਾਲਾਂ ਕੱਢਦੇ ਹੋ, ਮੈਂ ਬਾਅਦ ਦੇ ਵਿੱਚ ਉੱਬਲਾਂ ਜਾਂ ਤੁਸੀਂ ਉੱਬਲੋ, ਇਹਦੀ ਕੋਈ ਤੁੱਕ ਨਹੀਂ ਬਣਦੀ ਗੀ, ਬਾਅਦ ਦੇ ਵਿੱਚ ਤਾਂ ਭਾਣਾ ਹੀ ਮੰਨਣਾ ਪੈਂਦਾ। ਸੋ ਇਸ ਵਕਤ ਜੋ ਪੰਜਾਬ ਦੇ ਹਾਲਾਤ ਆ ਉਹ ਵੀ ਬਹੁਤੇ ਚੰਗੇ ਨਹੀਂ ਆ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਮੁੜ ਹਾਜ਼ਰ ਹੋਵਾਂਗੇ। ਤੁਸੀਂ ਲਗਾਤਾਰ ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ। ਹੁਣ ਹਰ ਰੋਜ਼ ਆਪਣੇ ਫੇਵਰਿਟ ਸ਼ੋਅ ਦੇਖਣ ਲਈ ਹੋਵੇਗੀ ਭੱਜ ਨੱਠ, ਕਿਉਂਕਿ ਬ੍ਰਿਟ ਏਸ਼ੀਆ ਤੇ ਪ੍ਰਾਈਮ ਏਸ਼ੀਆ ਨੇ ਮਿਲਾ ਲਏ ਨੇ ਹੱਥ। ਹਰ ਰੋਜ਼ ਦੇਖੋ ਪ੍ਰਾਈਮ ਏਸ਼ੀਆ TV ਦੇ ਹਿੱਟ ਸ਼ੋਅਜ਼ ਹੁਣ ਬ੍ਰਿਟ ਏਸ਼ੀਆ TV ਤੇ। ਦੇਸ਼ ਦੁਨੀਆ ਦੀਆਂ ਖਬਰਾਂ ਲਈ ਪ੍ਰਾਈਮ ਨਿਊਜ਼ ਸਵੇਰੇ 7 ਵਜੇ, ਪ੍ਰਾਈਮ ਵੁਮਨ ਬੇਸਡ ਔਨ ਵੁਮਨਸ ਇਸ਼ੂਜ਼ ਸਵੇਰੇ 7:30 ਵਜੇ, ਕਲਚਰਲ ਸ਼ੋਅ ਵਿਦ ਮਿਊਜ਼ਿਕ ਪ੍ਰਾਈਮ ਜ਼ਿੰਦਗੀ ਸਵੇਰੇ 8 ਵਜੇ, ਰਿਲੀਜੀਅਸ ਇਸ਼ੂਜ਼ ਲਈ ਪ੍ਰਾਈਮ ਚਰਚਾ ਤੇ ਐਂਟਰਟੇਨਮੈਂਟ ਲਈ ਪ੍ਰਾਈਮ ਟਾਈਮ ਸਵੇਰੇ 9 ਵਜੇ, ਬੇਸਡ ਔਨ ਡੇਲੀ ਕਰੰਟ ਪੋਲੀਟੀਕਲ ਇਸ਼ੂਜ਼ ਪ੍ਰਾਈਮ ਫੋਕਸ, ਸ਼ਾਮ 5 ਵਜੇ ਜੱਜ ਦਾ ਵਿਚਾਰ ਮਿਊਜ਼ੀਕਲ ਕਾਮੇਡੀ ਸ਼ੋ ਐਂਡ ਇੰਟਰਵਿਊਜ਼ ਵਿਦ ਪੰਜਾਬੀ ਸਟਾਰਸ, ਸ਼ਾਮ 6 ਵਜੇ ਬੇਤੜਕ ਤੇ ਪੱਖਪਾਤ ਰਹਿਤ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਦਾ ਸ਼ੋ ਪ੍ਰਾਈਮ ਡਿਸਕਸ਼ਨ, ਦੇਖੋ ਸ਼ਾਮ 7 ਵਜੇ ਤੇ ਕੀ ਰਿਹਾ ਅਖਬਾਰਾਂ ਦੀਆਂ ਸੁਰਖੀਆਂ ਚ, ਦੱਸਣਗੇ ਸਵਰਨ ਟੈਣਾ ਖਬਰ ਦੀ ਖਬਰ, ਸ਼ਾਮ 7:30 ਵਜੇ। ਸੋ ਪੰਜਾਬ ਦੇ ਕਰੀਬ ਦੇਸ਼ਾਂ ਚ ਵਸਦੇ ਪੰਜਾਬੀਆਂ ਦੇ TV ਸੈਟਸ ਤੇ ਸਕਾਈ TV ਚੈਨਲ 743, ਵਰਜਨ TV ਚੈਨਲ 840, ਫ੍ਰੀ ਵਿਊ ਚੈਨਲ ਨੰਬਰ 264 ਤੇ। ਬ੍ਰਿਟਿਸ਼ ਏਸ਼ੀਆ TV ਹੈ ਜਿੱਥੇ, ਪ੍ਰਾਈਮ ਏਸ਼ੀਆ TV ਹੈ ਉੱਥੇ।